ਉੱਤਰਾਖੰਡ ਦੀਆਂ ਸਾਰੀਆਂ 69 ਵਿਧਾਨ ਸਭਾ ਸੀਟਾਂ ਦੇ ਲਈ ਬੁੱਧਵਾਰ ਨੂੰ ਵੋਟਿੰਗ ਸ਼ੁਰੂ ਹੋਈ। ਬਸਪਾ ਉਮੀਦਵਾਰ ਕੁਲਦੀਪ ਕੰਨਿਵਾਸੀ ਦੀ ਸੜਕ ਦੁਰਘਟਨਾ ਵਿੱਚ ਹੋਈ ਮੌਤ ਤੋਂ ਬਾਅਦ 9 ਮਾਰਚ ਨੂੰ ਇੱਥੇ ਪੋਲਿੰਗ ਹੋਵੇਗੀ। ਸੂਬੇ ਦੇ ਵਿੱਚ ਅੱਜ ਤੁਹਾਨੂੰ ਦੱਸ ਦਈਏ ਕਿ 35,78,995 ਮਹਿਲਾ ਵੋਟਰਾਂ ਸਮੇਤ ਕੁੱਲ 74,20,701 ਵੋਟਰ 628 ਉਮੀਦਵਾਰਾਂ ਦੀ ਕਿਸਮਤ ਈਵੀਐਮ ਮਸ਼ੀਨਾਂ ਦੇ ਵਿੱਚ ਬੰਦ ਕਰਨ ਲਈ ਸਵੇਰ ਤੋਂ ਹੀ ਪੋਲਿੰਗ ਬੂਥਸ ਉੱਤੇ ਪਹੁੰਚਣੇ ਸ਼ੁਰੂ ਹੋ ਗਏ ਸਨ। ਪੋਲਿੰਗ ਦੀ ਪ੍ਰਕਿਰਿਆ ਨੂੰ ਸੁਚਾਰੂ ਢੰਗ ਦੇ ਨਾਲ ਪੂਰੀ ਕਰਵਾਉਣ ਦੇ ਲਈ ਪੁਲਿਸ ਸਮੇਤ ਕਰੀਬ 30,000 ਸੁਰੱਖਿਆ ਕਰਮਚਾਰੀਆਂ ਦੀ ਤੈਨਾਤੀ ਕੀਤੀ ਗਈ ਅਤੇ ਸੁਰੱਖਿਆ ਕਰਮਚਾਰੀਆਂ ਤੋਂ ਇਲਾਵਾ ਕਰੀਬ 60,000 ਪੋਲਿੰਗ ਕਰਮਚਾਰੀਆਂ ਨੂੰ ਵੀ ਡਿਊਟੀ 'ਤੇ ਲਾਇਆ ਗਿਆ। ਸੂਬੇ ਦੇ ਵਿੱਚ ਇਹਨਾਂ ਵਿਧਾਨ ਸਭਾ ਚੋਣਾਂ ਦੇ ਵਿੱਚ ਪਹਿਲੀ ਵਾਰ 3 ਵਿਧਾਨ ਸਭਾ ਖੇਤਰਾਂ ਦੇ ਵਿੱਚ ਵੀ ਪੈਟ ਮਸ਼ੀਨਾਂ ਦਾ ਇਸਤੇਮਾਲ ਕੀਤਾ ਗਿਆ। ਤੁਹਾਨੂੰ ਇਹ ਵੀ ਦੱਸ ਦਈਏ ਕਿ ਹਰਿਦੁਆਰ ਦੇ ਇੱਕ ਪੋਲਿੰਗ ਬੂਥ 'ਤੇ ਬਾਬਾ ਰਾਮਦੇਵ ਵੀ ਵੋਟ ਪਾਉਣ ਪਹੁੰਚੇ। ਯੋਗ ਗੁਰੂ ਨੇ ਇੱਥੇ ਕਿਹਾ ਕਿ ਸਾਰਿਆਂ ਨੂੰ ਵੋਟ ਦੇ ਹੱਕ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ। ਉੱਤਰ ਪ੍ਰਦੇਸ਼ ਵਾਸੀਓ ਸੇ ਸਬਸੇ ਆਹਵਾਨ ਕਰੂੰਗਾ ਕਿ ਵੋਟ ਦੇਣੇ ਕੇ ਲੀਏ ਘਰ ਸੇ ਜ਼ਰੂਰ ਬਾਹਰ ਨਿਕਲੀਏ। ਮਾਨਾ ਕਿ ਮੇਰੀ ਬਹੁਤ ਵਿਅਸਤਤਾ ਹੈ, ਮੈਂ 18-18 ਘੰਟੇ 20-20 ਘੰਟੇ ਰੋਜ਼ ਕੰਮ ਕਰਤਾ ਹੂੰ, ਲੇਕਿਨ ਜਿਸ ਦਿਨ ਵੋਟ ਦੇਣੇ ਕਾ ਵਕਤ ਹੋਤਾ ਹੈ ਸਭ ਕੰਮ ਛੋੜ ਕਰਕੇ ਵੋਟ ਦੇਣੇ ਕੇ ਲੀਏ ਆਤਾ ਹੂੰ। ਆਪਕੇ ਪਾਸ ਮੈਂ ਚਾਹੇ ਕਿਤਨੀ ਹੀ ਵਿਅਸਤਤਾਏ ਹੋ, ਆਪ ਵੋਟ ਦੇਣੇ ਕੇ ਲੀਏ ਜ਼ਰੂਰ ਬਾਹਰ ਨਿਕਲੀਏ। ਵੋਟ ਕੇ ਦਿਨ ਪਿਕਨਿਕ ਕਰਨੇ ਕੇ ਲੀਏ ਮਤ ਜਾਈਏ, ਵੋਟ ਕੇ ਦਿਨ ਡਰਾਇੰਗ ਰੂਮ ਮੇਂ ਬੈਠੇ ਹੋਏ ਮਾਤਰ ਬੜੀ ਬੜੀ ਬਾਤੇ ਮਤ ਕੀਜੀਏ।